ਤੁਸੀਂ ਦੇਖ ਰਹੇ ਹੋ ਸਾਂਝਾ ਪੰਜਾਬ ਟੀਵੀ ਤੇ ਦੇਖਦੇ ਰਹੋ ਸਾਂਝਾ ਪੰਜਾਬ ਟੀਵੀ ਅੰਮ੍ਰਿਤਸਰ ਤੋਂ ਤੇ ਛੋਟੀ ਵੱਡੀਆਂ ਖਬਰਾਂ ਦੇਣ ਵਾਸਤੇ ਨਾਟਕ ਸਾਰਿਆਂ ਨੇ ਦੇਖਿਆ। ਪਹਿਲੋਂ ਮੈਂ ਸਾਰਿਆਂ ਨੂੰ ਕਹਾਂਗਾ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਜੈ ਸ਼੍ਰੀ ਰਾਮ। ਮੈਂ ਜੋ ਨਾਟਕ ਸੀ ਸਾਰਿਆਂ ਨੇ ਦੇਖਿਆ, ਬਹੁਤ ਹੀ ਵਧੀਆ ਨਾਟਕ, ਜਿੰਨੀ ਪ੍ਰਸ਼ੰਸਾ ਕੀਤੀ ਜਾਏ ਉਨੀ ਘੱਟ ਹੈ। ਸਭ ਨੂੰ ਆਜ਼ਾਦ ਹੋ ਕਰਕੇ ਵੋਟ ਪਾਉਣੀ ਚਾਹੀਦੀ ਹੈ, ਨਾ ਕਿ ਪਾਰਟੀ ਵੇਖਣਾ ਚਾਹੀਦਾ। ਬੰਦੇ ਨੂੰ ਦੇਖਣਾ ਚਾਹੀਦਾ ਵੀ ਬੰਦਾ ਕਿਹੜਾ, ਜਿਹੜਾ ਪਿਛਲਾ ਉਹਦਾ ਬੈਕਗਰਾਊਂਡ ਕੀ ਕੰਮ ਕਰਦਾ ਔਰ ਕਿੰਨੇ ਕੁ ਉਹਨੇ ਸਮਾਜ ਸੇਵਾ ਕੀਤੀ ਹੈ। ਕੁਛ ਲੋਕ ਝੂਠੇ ਵਾਅਦੇ ਕਰਕੇ ਸਾਡੀ ਭੋਲੀ ਭਾਲੀ ਜਨਤਾ ਨੂੰ ਗੁੰਮਰਾਹ ਕਰਦੇ ਨੇ। ਸੋ ਹੁਣ ਕਾਫੀ ਲੋਕ ਜਾਗ ਚੁੱਕੇ ਨੇ ਔਰ ਜਿਹੜੇ ਸਾਡਾ ਯੂਥ ਹੈ, ਜਿਹੜਾ ਨੌਜਵਾਨ ਹੈ, ਕਾਫੀ ਪੜ੍ਹਿਆ ਲਿਖਿਆ ਹੈ, ਹੁਣ ਇਹ ਗੱਲ ਨੂੰ ਸਮਝਦਾ ਹੈ। ਔਰ ਤੁਸੀਂ ਦੇਖਿਆ ਕਿ ਖਾਸ ਕਰ ਪੰਜਾਬ ਦੇ ਵਿੱਚ ਬੇਰੁਜ਼ਗਾਰੀ ਜਿਹੜੀ ਹੈ ਬਹੁਤ ਜ਼ਿਆਦਾ ਵਧੀ ਹੈ, ਇੰਡਸਟਰੀ ਕਾਫੀ ਬੰਦ ਹੋ ਗਈ ਹੈ, ਕਿਉਂਕਿ ਇੰਡਸਟਰੀ ਨੂੰ ਕਾਫੀ ਤਰ੍ਹਾਂ ਦੇ ਟੈਕਸ ਲਗਾਏ ਗਏ ਔਰ ਸਹੂਲਤ ਬਿਲਕੁਲ ਦਿੱਤੀ ਨਹੀਂ ਗਈ। ਜੇ ਉਹਨਾਂ ਨੇ ਕਰਜ਼ੇ ਕਰਕੇ, ਕਰਜ਼ਾ ਚੁੱਕ ਕੇ, ਲੋਨ ਲੈ ਕੇ ਫੈਕਟਰੀਆਂ ਚਲਾਈਆਂ, ਉਹ ਕਾਮਯਾਬੀਆਂ ਨਹੀਂ ਹੋਈਆਂ। ਬਿਜਲੀ ਕਾਫੀ ਮਹਿੰਗੀ ਕਰ ਦਿੱਤੀ ਗਈ, ਵੋਟਾਂ ਲੈਣ ਵਾਸਤੇ ਕਈਆਂ ਨੇ ਨਵੇਂ ਨਵੇਂ ਸ਼ੋਸ਼ੇ ਛੇੜ ਕੇ ਬੱਤੀ ਘਰਾਂ ਨੂੰ ਫਰੀ ਦਿੱਤੀ ਜਾਏਗੀ, ਦੁਕਾਨਾਂ ਨੂੰ ਡਬਲ ਕੀਤੀ ਜਾਏਗੀ। ਸੋ ਕਈ ਤਰ੍ਹਾਂ ਦੇ ਝਾਸੇ ਦੇ ਕੇ ਨਵੀਆਂ ਨਵੀਆਂ ਸਰਕਾਰਾਂ ਆ ਜਾਂਦੀਆਂ ਨੇ। ਇਹ ਨਾਟਕ ਬਹੁਤ ਹੀ ਵਧੀਆ ਸੀ, ਅੱਛਾ ਬੰਦਾ ਦੇਖ ਕੇ ਚੁਣਨਾ ਹੈ, ਸਮਾਜ ਲਈ ਚੁਣਨਾ ਹੈ। ਬਾਕੀ ਗੱਲ ਜਿੱਥੇ ਸਾਡੀ ਆਉਂਦੀ ਹੈ, ਅਸੀਂ ਬਹੁਤ ਸਾਰੀਆਂ ਕਮੀਆਂ ਵੇਖੀਆਂ ਸੀ ਆਪਣੇ MPਆਂ ਦੇ ਵਿੱਚ। 30 ਸਾਲ ਅਸੀਂ ਪੂਰੀਆਂ ਸੇਵਾਵਾਂ ਦਿੱਤੀਆਂ ਹਰ ਤਰ੍ਹਾਂ ਦੀਆਂ, ਛੋਟੇ ਜਿਹੇ ਕਾਰੋਬਾਰ ਨਾਲ ਵੀ ਵੱਧ ਚੜ੍ਹ ਕੇ ਜਿਹੜੀਆਂ ਲੋਕਾਂ ਦੀਆਂ ਸੇਵਾ ਕੀਤੀਆਂ, ਜਿਹੜੀਆਂ ਕਿ ਮੈਂ ਅੱਛੀ ਤਰ੍ਹਾਂ ਸਮਝਦਾ ਹਾਂ ਕਿ ਜਿਹੜੇ ਕੰਮ MLA MPਆਂ ਕੋਲ ਨਹੀਂ ਸੀ ਹੁੰਦੇ ਉਹ ਅਸੀਂ ਕੀਤੇ। ਜਿੰਨੀ ਲਵਾਰਸ ਬੋਡੀ ਮਿਲੀ, ਅੱਜ ਤੱਕ 809 ਲਵਾਰਸ ਬੋਡੀਆਂ ਦਾ ਸੰਸਕਾਰ ਮੈਂ ਆਪਣੀ ਹੱਥਾਂ ਨਾਲ ਕੀਤਾ, ਇੱਕ ਵੀ ਮੈਨੂੰ MP ਦਿਖਾ ਦੇ। ਸਤਿ ਸ਼੍ਰੀ ਅਕਾਲ ਭੈਣ ਜੀ, ਸਤਿ ਸ਼੍ਰੀ ਅਕਾਲ ਭੈਣ ਜੀ, ਮੇਰਾ ਨਾਮ ਹੈ ਟੀਲਾ ਪਹਿਲਵਾਨ, ਮਾਰੋ ਮੁੱਕੀ ਕੱਢੋ ਜਾਨ, ਬਦਨਾਮ ਹੀ ਬਦਨਾਮ, ਬਦਨਾਮ ਹੀ ਬਦਨਾਮ। ਭੈਣ ਜੀ ਮੈਨੂੰ ਪਾਇਓ ਵੋਟ, ਆ ਲਓ 500 ਰੁਪਏ ਦਾ ਨੋਟ। ਨਹੀਂ ਨਹੀਂ ਭਾਜੀ, ਅਸੀਂ ਪੈਸੇ ਲੈ ਕੇ ਵੋਟ ਨਹੀਂ ਪਾਉਣੀ, ਅਸੀਂ ਆਪਣੀ ਵੋਟ ਨਹੀਂ ਲੈ ਸਕਦੇ। ਠੀਕ ਹੈ ਫਿਰ ਵੇਖ ਲਾਂਗੇ ਤੁਹਾਨੂੰ। ਰੁਕ ਰੁਕ ਰੁਕੋ, ਪਾਉਣੀ ਹੈ ਜੇ ਪਾਉਣੀ ਹੈ ਤੁਹਾਨੂੰ ਵੋਟ ਪਾਉਣੀ ਹੈ। ਤੁਸੀਂ ਕੌਣ ਜੀ? ਮੈਂ ਨਾਲਦਾ। ਨਾਲਦਾ ਤਾਂ ਨਹੀਂ ਲੱਗਦਾ, ਗਿੱਟੂ ਜਿਹਾ। ਨਹੀਂ ਜੀ, ਮੈਂ ਨਾਲਦਾ ਹੀ ਹਾਂ ਜੀ, ਨਾਲਦਾ ਹੀ ਹਾਂ। ਚੰਗਾ ਫਿਰ ਵੋਟ ਪੈ ਜਾਣੇ ਚਾਹੀਦੇ ਨੇ, ਨੋਟ ਤਾਂ ਤੁਸੀਂ ਰੱਖ ਹੀ ਲਿਆ, ਅਸੀਂ ਚੱਲਦੇ ਹਾਂ। ਚੋਣ ਨਿਸ਼ਾਨ ਢੀਲਾ, ਚੋਣ ਨਿਸ਼ਾਨ ਢੀਲਾ, ਚੋਣ ਨਿਸ਼ਾਨ ਢੀਲਾ, ਚੋਣ ਨਿਸ਼ਾਨ ਢੀਲਾ, ਚੋਣ ਨਿਸ਼ਾਨ। ਸਤਿ ਸ੍ਰੀ ਅਕਾਲ ਭੈਣ ਜੀ,
ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ, ਕੀ ਹਾਲ ਚਾਲ? ਬਸ ਦਿਨ ਕੱਟਦੇ ਆ ਐਵੇਂ। ਕੱਟੇ ਜਾਓ ਫਿਰ, ਪਰ ਦਿਨ ਕੱਟਦੇ ਕੱਟਦੇ ਕਿਤੇ ਸਾਡਾ ਨੰਬਰ ਨਾ ਕੱਟ ਦਿਓ ਕਾਕਾ ਜੀ, ਵੋਟ ਪਾ ਦਿਓ ਸਾਨੂੰ। ਵੋਟ ਸੁੱਕੀ ਸੁੱਕੀ ਆ ਕਾਹਦੇ ਲਈ ਕਾਕਾ ਜੀ? ਪੇਟੀ ਕਾਕਾ ਲਾ ਥੱਲੇ ਛੇਤੀ। ਆ ਕੀ ਸਾਰੇ ਮੁਹੱਲੇ ਚ ਵੰਡੀ ਹੈ ਕਾਕਾ ਜੀ? ਅੱਛਾ ਫਿਰ ਵੋਟ ਸਾਨੂੰ ਹੀ ਪਾਇਓ, ਗਲੀ ਗਲੀ ਖੋਲ ਦਾਂਗੇ ਟੇਕੇ ਤੇ ਵੋਟੀਆਂ ਨੂੰ ਭੇਜ ਦਾਂਗੇ ਪੇਕੇ, ਤੁਹਾਡਾ ਮੁਹੱਲਾ ਬਣਾ ਦਿਆਂਗੇ ਸਵਰਗ ਤੇ ਤੈਨੂੰ ਸਵਰਗ ਵਾਸੀ। ਠੀਕ ਹੈ? ਅੱਛਾ ਫਿਰ ਸ਼ਰਾਬੀ ਬੋਤਲ ਬਦਲੇ ਖੁਸ਼ੀ ਖੁਸ਼ੀ ਮੈਨੂੰ ਵੇਚ ਰਹੇ ਨੇ ਆਪਣੇ ਪੁੱਟੜੇ ਟੋਇਆਂ ਦੇ ਵਿੱਚ ਤਸਦੇ ਤਸਦੇ ਤਸ ਜਾਂਦੇ ਨੇ ਇੱਕ ਵਾਰ ਦੀ ਗਲਤੀ ਕਰਕੇ 5 ਸਾਲਾਂ ਲਈ ਫਸ ਜਾਂਦੇ ਨੇ ਆਪਣੇ ਹੱਥੀ ਬੀਜ ਕੇ ਕੰਡੇ ਖੁਦ ਹੀ ਖਾਂਦੇ ਚੋਟ ਆਪ ਹੀ ਗਲਤ ਜਗ੍ਹਾ ਜੇ ਪਾਉਂਦੇ ਕੀ ਕਰੂਗੀ ਵੋਟ ਫਿਰ ਕੀ ਕਰੂਗੀ ਵੋਟ ਲੜਕੀਆਂ ਇਹ ਬੜੀ ਖੁਸ਼ੀ ਦੀ ਗੱਲ ਹੈ ਕਿ ਤੁਹਾਡੇ ਵਰਗੇ ਪੜ੍ਹੇ ਲਿਖੇ ਅਤੇ ਸੂਝਵਾਨ ਨੇਤਾ ਇਸ ਦੇਸ਼ ਦੀ ਵਾਗਡੋਰ ਸੰਭਾਲਣ। ਸਾਡੇ ਮੈਡਮ ਨੇ ਪਿਛੜੇ ਵਰਗਾਂ ਦੇ ਗਰੀਬ ਤੇ ਲੋੜਵੰਦ ਬੱਚਿਆਂ ਲਈ ਮੁਫਤ ਸਿੱਖਿਆ ਦਾ ਪ੍ਰਬੰਧ ਵੀ ਕੀਤਾ ਹੋਇਆ ਹੈ। ਠੀਕ ਹੈ ਭੈਣ ਜੀ, ਮੇਰੀ ਵੋਟ ਤਾਂ ਹੁਣ ਤੁਹਾਡੀ ਹੋ ਗਈ। ਹੈਲੋ ਮੋਮ, ਪਿੰਕੀ ਅੱਜ ਗਈ ਨੀ ਕਾਲਜ? ਅੱਜ ਵੋਟਾਂ ਕਰਕੇ ਛੁੱਟੀ ਸੀ, ਮੈਨੂੰ ਤਾਂ ਕਾਜਲ ਨੇ ਦੱਸਿਆ ਫੋਨ ਤੇ। ਅੱਛਾ ਫਿਰ ਇੰਜ ਕਰ, ਦੀਪਕ ਨੂੰ ਨਾਲ ਲੈ ਕੇ ਵੋਟ ਪਾਓ। ਮੈਂ ਤੇ ਉਹ ਵੀ ਵੋਟ? ਕਿਹੜੇ ਵਿਹਲੇ ਕੰਮ ਕਰਨ ਲਈ ਕਹਿ ਰਹੇ ਹੋ ਮੋਮ? ਇਹ ਵਿਹਲੇ ਕੰਮ ਨਹੀਂ ਹੈ ਬੇਟਾ, ਵੋਟ ਪਾਉਣਾ ਸਾਡਾ ਅਧਿਕਾਰ ਹੈ। ਦੀਪਕ ਬੇਟਾ ਜਾਓ ਦੀਦੀ ਨਾਲ ਜਾ ਕੇ ਵੋਟ ਪਾਓ। ਮੰਮੀ ਤੁਸੀਂ ਹਰ ਵਾਰੀ ਮੈਨੂੰ ਇਹੀ ਕਹਿੰਦੇ ਹੋ ਤੇ ਮੈਂ ਤੁਹਾਨੂੰ ਹਰ ਵਾਰੀ ਇਹੀ ਕਹਿੰਦਾ ਕਿ ਪੰਗ ਲੋਕਾਂ ਲਈ ਇਹ ਸਭ ਕੁਝ ਨਹੀਂ ਹੈ। ਕਿਉਂ ਨਹੀਂ ਹੈ ਬੇਟਾ? ਤੁਸੀਂ ਸਭ ਵੀ ਦੇਸ਼ ਦੇ ਵਿਕਾਸ ਤੇ ਤਰੱਕੀ ਲਈ ਬਰਾਬਰ ਦੇ ਹਿੱਸੇਦਾਰ ਹੋ। ਤੁਹਾਨੂੰ ਲੱਗਦਾ ਹੈ ਕਿ ਵੋਟਿੰਗ ਲਾਈਨਾਂ 'ਚ ਲੱਗਣਾ ਸੌਖਾ ਹੋਊਗਾ ਮੇਰੇ ਲਈ? ਬੇਟਾ ਚੋਣ ਕਮਿਸ਼ਨ ਨੇ ਇਹ ਸਭ ਬਹੁਤ ਆਸਾਨ ਬਣਾ ਦਿੱਤਾ ਹੈ, ਅਪੰਗ ਲੋਕਾਂ ਲਈ ਖਾਸ ਪ੍ਰਬੰਧ ਕੀਤੇ ਗਏ ਨੇ। ਕੁਝ ਜੀ ਪੜ੍ਹੇ ਲਿਖੇ ਮੈਨੂੰ ਸਮਝਣ, ਸਮੇਂ ਦੀ ਹੁਣ ਬਰਬਾਦੀ, ਭੁੱਲਦੇ ਜਾ ਰਹੇ ਕਿੱਦਾਂ ਮਿਲੀ ਸੀ ਜਾਨਾਂ ਵਾਰ ਆਜ਼ਾਦੀ, ਭਗਤ ਸਿੰਘ ਦੇ ਸੁਪਨਿਆਂ ਵਾਲਾ। ਹਾਏ ਨੀ ਤੇਰਾ ਕੋਕਾ 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 ਕੋਕਾ, ਹਾਏ ਨੀ ਤੇਰਾ ਕੋਕਾ 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 ਕੋਕਾ, ਮਿੱਤਰਾਂ ਨੂੰ ਮਾਰ ਮੁਕਾਵੇ ਦਿਲ ਵਿੱਚ ਵੜਦਾ ਜਾਵੇ। ਹਾਏ ਨੀ ਤੇਰਾ ਕੋਕਾ 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 ਕੋਕਾ, ਬਿਲੋਂ ਨੀ ਤੇਰਾ ਕੋਕਾ 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 ਕੋਕਾ, ਨੇ ਸਾਡੀ ਵੀ ਵੋਟ ਬਣਾ ਦੇ, ਅਸੀਂ ਵੀ ਤਾਂ ਇਸੇ ਦੇਸ਼ ਦੇ ਬੰਦੇ ਆ। ਹੈ ਤੂੰ ਬੰਦਾ ਹੈ? ਨੀ ਚੱਲ ਬੰਦੀ ਸਹੀ, ਮੈਂ ਸਭ ਬੰਦਾ ਵੀ ਆ ਤੇ ਬੰਦੀ ਵੀ ਆ। ਮਿੱਟੀ ਦੇ ਵਿੱਚ ਗਈ ਸੀ ਰੋਲ,
ਹੁਣ ਠੀਕ ਹੱਥਾਂ ਵਿੱਚ ਜਾਵਾਂਗੀ ਮੈਂ, ਅਸਲੀ ਰੰਗ ਵਿਖਾਵਾਂਗੀ ਮੈਂ ਆਪਣੇ ਪਿਆਰੇ ਵਤਨ ਨੂੰ, ਮੁੜ ਸੋਨੇ ਦੀ ਚਿੜੀ ਬਣਾਵਾਂਗੀ ਮੈਂ, ਸੋਨੇ ਦੀ ਚਿੜੀ ਬਣਾਵਾਂਗੀ ਮੈਂ। ਲੋਕਤੰਤਰੀ ਦੇਸ਼ ਹੋਣ ਦੇ ਬਾਵਜੂਦ ਵੀ ਕਿੰਨਾ ਪਿੱਛੇ ਹੈ। ਅਸੀਂ ਲੋਕ ਵੋਟ ਦੇ ਅਧਿਕਾਰ ਦੀ ਵਰਤੋਂ ਹੀ ਨਹੀਂ ਕਰਦੇ। ਅਸੀਂ ਸੋਚਦੇ ਹਾਂ ਕਿ ਸਾਡੀ ਇੱਕ ਵੋਟ ਦੇ ਨਾਲ ਕੀ ਫਰਕ ਪੈ ਜੂ, ਪਰ ਸਾਡਾ ਇੱਕ ਇੱਕ ਵੋਟ ਕਰਕੇ ਕਿੰਨਾ ਵੱਡਾ ਫਰਕ ਪੈ ਜਾਂਦਾ ਹੈ, ਇਹ ਅਸੀਂ ਲੋਕ ਸੋਚਦੇ ਹੀ ਨਹੀਂ ਆ। ਜਿੰਨਾ ਚਿਰ ਨਹੀਂ ਰੁਕਦਾ ਇੱਥੇ ਬੰਦੇ ਤੋਂ ਬੰਦੇ ਦਾ ਸ਼ੋਸ਼ਣ, ਉਹਨਾਂ ਚਿਰ ਨਹੀਂ ਕਦੇ ਵੀ ਇੱਥੇ ਚਾਰ ਚੁਫੇਰਾ ਹੋਣਾ ਰੋਸ਼ਨ। ਕੌਣ ਖਰਾਏ ਖੁਦ ਹੀ ਲੱਭੀਏ, ਕੌਣ ਖਰਾਏ ਖੁਦ ਹੀ ਲੱਭੀਏ।